ਕੈਂਸਰ ਡੇ uh, 2000 ਟੂ ਸੈਲੀਬ੍ਰੇਟ ਕਰਨਾ ਸ਼ੁਰੂ ਹੋਇਆ ਸੀ ਇਹ ਇਸ ਲਈ ਕਿ ਆਪਾਂ ਲੋਕਾਂ ਨੂੰ ਅਵੇਅਰ ਕਰ ਸਕੀਏ ਕਿ ਕੈਂਸਰਸ ਦੀ ਪ੍ਰੀਵੈਂਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ ਐਂਡ ਲੋਕ ਕਿਸ ਤਰ੍ਹਾਂ ਆਪਣੀ ਸਿਹਤ ਦਾ ਧਿਆਨ ਰੱਖ ਕੇ ਨਾ ਤੋਂ ਬਚ ਸਕਦੇ ਆ ਇਸ ਵਾਰ ਦਾ ਥੀਮ ਹੈ ਕਲੋਜ਼ ਦਾ ਕੇਅਰ ਗੈਪ ਮਤਲਬ ਕਿ ਜਿਹੜੇ ਹਲੇ ਤੱਕ ਕੇਅਰ ਹੋ ਰਹੀ ਹੈ ਕੈਂਸਰ ਪੇਸ਼ੈਂਟਸ ਦੀ ਜਾਂ ਕੈਂਸਰ ਦੇ ਲੋਕਾਂ ਦੀ ਉਹ ਉੱਚ ਗੈਪਸ ਹੈ ਉਹច ਹਲੇ ਵੀ ਕਿਤੇ ਨਾ ਕਿਤੇ ਲਾਕੁਨਾ ਹੈ ਕਮੀ ਹੈ ਸੋ ਇਹਦਾ ਜਿਹੜਾ ਟਾਈਮਲੀ ਡਾਇਗਨੋਸਿਸ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਕਦੇ ਵੀ ਕੋਈ ਇਹੋ ਜਿਹਾ ਸਿੰਪਟਮ ਲੱਗੇ ਕਿਸੇ ਫੀਮੇਲ ਨੂੰ ਤਾਂ ਬਹੁਤ ਜ਼ਰੂਰੀ ਹੈ ਕਿ ਉਹ ਗਾਇਨੋਕੋਲੋਜਿਸ ਤੋਂ ਜਾਂਚ ਕਰਾਣ ਇਹਦਾ ਇੱਕ ਬਹੁਤ ਹੀ ਸਿੰਪਲ ਟੈਸਟ ਹੈ ਜਾਂਚ ਕਰਨਾ ਜ ਜਿਹਨੂੰ ਅਸੀਂ ਪੈਪਸ ਮੀਅਰ ਕਹਿੰਦੇ ਆ ਪੈਪਸ ਮੀਅਰ ਆਈਡੀਲੀ 40 ইয়ার্স ਤੋਂ ਬਾਅਦ ਹਰ 5 ইয়ার্স ਬਾਅਦ ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਤਾਂ ਹਰ 5 ਸਾਲ ਬਾਅਦ ਇੱਕ ਵਾਰੀ ਕਰਾਉਣਾ ਚਾਹੀਦਾ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਹਾਂ ਫਿਰ ਉਹਨੂੰ ইয়ারਲੀ ਵੀ ਰਿਪੀਟ ਕਰਨਾ ਪੈ ਸਕਦਾ ਹੈ ਸਤਿ ਸ਼੍ਰੀ ਅਕਾਲ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਪਰਮਜੀਤ कौर ਅੱਜ 4 ਫਰਵਰੀ 2022 ਨੂੰ ਪੂਰੇ ਵਰਲਡ ਦੇ ਵਿੱਚ ਵਰਲਡ ਕੈਂਸਰ ਡੇ सेलिब्रेट ਕੀਤਾ ਜਾ ਰਿਹਾ ਹੈ ਕੈਂਸਰ ਇੱਕ ਸੀਰੀਅਸ ਡਿਸੀਜ਼ ਹੁੰਦੀ ਹੈ ਜੋ ਕਿ ਕੋਈ ਵੀ ਜੈਂਡਰ ਨਹੀਂ ਦੇਖਦੀ ਕਿਸੇ ਵੀ ਜੈਂਡਰ ਨੂੰ ਇਹ ਹੋ ਸਕਦੀ ਹੈ ਔਰ ਉਮਰ ਵੀ ਨਹੀਂ ਦੇਖਦੀ ਕਿਸੇ ਵੀ ਉਮਰ ਨੂੰ ਇਹ ਹੋ ਸਕਦੀ ਹੈ ਪਰ ਇਸ ਦੇ ਸਿੰਪਟਮਸ ਕੀ ਹੁੰਦੇ ਨੇ ਕਿਉਰਸ ਕੀ ਹੁੰਦੀਆਂ ਪ੍ਰੀਵੈਂਸ਼ਨਸ ਕੀ ਹੁੰਦੀਆਂ ਇਸ ਦੇ ਲਈ ਲੋਕਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬਿਮਾਰੀ ਅੱਜਕੱਲ ਬਹੁਤ ਤੇਜ਼ੀ ਦੇ ਨਾਲ ਲੋਕਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਰਹੀ ਹੈ ਤੇ ਅੱਜ ਅਸੀਂ ਪਹੁੰਚ ਹਸਪੀਟਲ ਦੇ ਵਿੱਚ ਤੇ ਸਾਡੇ ਨਾਲ ਮੌਜੂਦ ਨੇ ਗਾਇਨਕੋਲੋਜਿਸ ਡਾਕਟਰ ਡਾਕਟਰ ਵਿਜੇਦੀਪ ਕੌਰ ਜੀ ਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕੈਂਸਰ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਔਰ ਕਿ ਪ੍ਰੀਵੈਂਸ਼ਨਸ ਹੁੰਦੀਆਂ ਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਅੱਜ 4 ਫਰਵਰੀ 2022 ਨੂੰ ਵਰਲਡ ਕੈਂਸਰ ਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਮੈਮ ਇਹ ਕਿਉਂ ਸੈਲੀਬ੍ਰੇਟ ਕੀਤਾ ਜਾ ਰਿਹਾ ਤੁਹਾਨੂੰ ਸਰ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਵਰਲਡ ਕੈਂਸਰ ਡੇ 2000 ਸੈਲੀਬ੍ਰੇਟ ਕਰਨਾ ਸ਼ੁਰੂ ਹੋਇਆ ਸੀ ਇਹ ਇਸ ਲਈ ਕਿ ਆਪਾਂ ਲੋਕਾਂ ਨੂੰ ਅਵੇਅਰ ਕਰ ਸਕੀਏ ਕੀ ਕੈਂਸਰਸ ਦੀ ਪ੍ਰੀਵੈਂਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ ਐਂਡ ਲੋਕ ਕਿਸ ਤਰ੍ਹਾਂ ਆਪਣੀ ਸਿਹਤ ਦਾ ਧਿਆਨ ਰੱਖ ਕੇ ਇਹਨਾਂ ਤੋਂ ਬਚ ਸਕਦੇ ਆ ਬੇਸਿਕਲੀ ਲੋਕਾਂ ਚ ਅਵੇਅਰਨੈਸ ਕ੍ਰੀਏਟ ਕਰਨ ਲਈ ਹੀ ਇਹ ਦਿਨ ਮਨਾਨਾ ਸ਼ੁਰੂ ਕੀਤਾ ਗਿਆ ਸੀ ਔਰ ਮੈਮ ਇਸ ਵਾਰ ਦਾ ਕੀ ਥੀਮ ਹੈਗਾ ਵਰਲਡ ਕੈਂਸਰ ਡੇ ਤੇ ਇਸ ਵਾਰ ਦਾ ਥੀਮ ਹੈ ক্লোਜ਼ ਦਾ ਕੇਅਰ ਗੈਪ ਮਤਲਬ ਕਿ ਜਿਹੜੇ ਹਲੇ ਤੱਕ ਕੇਅਰ ਹੋ ਰਹੀ ਹੈ ਕੈਂਸਰ ਪੇਸ਼ੈਂਟਸ ਦੀ ਜਾਂ ਕੈਂਸਰ ਦੇ ਲੋਕਾਂ ਦੀ ਉਹ ਉੱਚ ਗੈਪਸ ਹੈ ਉਹ ਚ ਹਲੇ ਵੀ ਕਿਤੇ ਨਾ ਕਿਤੇ ਲਕੁਨਾ ਹੈ ਕਮੀ ਹੈ ਐਂਡ ਜੇ ਆਪਾਂ ਸਾਰੇ ਪਾਟ ਲਵਾਂਗੇ ਇੱਕ ਇੱਕ ਸਟੈਪ ਚੱਲਾਂਗੇ ਸਾਰੇ ਸਮਝਾਂਗੇ ਕਿ ਕੈਂਸਰ ਪ੍ਰिवेंट ਕੀਤਾ ਜਾ ਸਕਦਾ ਹੈ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤਾਂ ਹੀ ਇਹ ਗੈਪ ਭਰਨਗੇ ਸੋ ক্লোਜ਼ ਦਾ ਕੇਅਰ ਗੈਪ ਐਥੀਮ ਇਸ ਸਾਲ ਦਾ ਔਰ ਬਮ ਜਿਹੜੇ ਕੈਂਸਰਸ ਨੇ ਅਗਰ ਆਪਾਂ ਗੱਲ ਕਰੀਏ ਕਿ ਲੇਡੀਜ਼ ਨੂੰ ਕਿਸ-ਕਿਸ ਤਰ੍ਹਾਂ ਦੇ ਕੈਂਸਰ ਜਿਹੜੇ ਕਿ ਆਪਣੇ ਚਪੇਟ ਦੇ ਵਿੱਚ ਲੈ ਲੈਂਦੇ ਨੇ ਇੱਕ ਬਹੁਤ ਹੀ ਇੰਪੋਰਟੈਂਟ ਕੁਐਸਚਨ ਤੁਸੀਂ ਪੁੱਛਿਆ ਅ ਦੇਖੋ ਫੀਮੇਲਸ ਚ ਮੋਸਟ ਕਾਮਨ ਕੈਂਸਰ ਇਜ਼ ਬ੍ਰੈਸਟ ਕੈਂਸਰ ਸੈਕਿੰਡ ਨੰਬਰ ਤੇ ਹੈ ਸਰਵਾਈਕਲ ਕੈਂਸਰ ਜਿਹਨੂੰ ਕਿ ਅਸੀਂ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਵੀ ਕਹਿੰਦੇ ਆ ਉਸ ਤੋਂ ਬਾਅਦ ਯੂਟਰਸ ਦਾ ਕੈਂਸਰ ਐਂਡੋਮੇਟ੍ਰੀਅਲ ਕੈਂਸਰ ਜਿਹਨੂੰ ਕਹਿੰਦੇ ਆ ਜਾਂ ఓਵਰੀਅਨ ਕੈਂਸਰ ਇਹ ਚਾਰ ਕੈਂਸਰਸ ਲੇਡੀਸਟ ਮੇਨਲੀ ਪਾਈ ਜਾਂਦੇ ਆ ਬ੍ਰੈਸਟ ਕੈਂਸਰ ਜਿਹੜਾ ਹੈ ਉਹ ਗਾਇਨਕੋਲੋਜਿਸ ਤੋਂ ਇਲਾਵਾ ਸਰਜਨਸ ਵੀ ਇਹਦੇ ਨਾਲ ਡੀਲ ਕਰਦੇ ਆ ਸੋ ਇਹ ਸਰਜਰੀ ਵਾਲੀ ਬ੍ਰਾਂਚ ਜ਼ਿਆਦਾ ਚੱਲੇ ਜਾਂਦਾ ਸੋ ਸਾਡੇ ਲਈ ਮੇਨ ਕੈਂਸਰ ਸਰਵਾਈਕਲ ਕੈਂਸਰ ਹੈ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਮੋਸਟ ਇੰਪੋਰਟੈਂਟ ਹੈ ਮੈਮ ਜਦੋਂ ਕੈਂਸਰ ਹੁੰਦਾ ਤਾਂ ਕੈਂਸਰ ਦੇ ਵਿੱਚ ਵੀ ਟਿਊਮਰ ਬੰਦਾ ਹੈ ਬਾਡੀ ਦੇ ਵਿੱਚ ਜਿੱਥੇ ਵੀ ਡਾਇਗਨੋਸ ਹੁੰਦਾ ਹੈ ਕੈਂਸਰ ਤੇ ਸਰਵਾਈਕਲ ਕੈਂਸਰ ਜੇਕਰ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਟਿਊਮਰ ਹੀ ਬੰਦਾ ਹੈ ਬਾਡੀ ਵਿੱਚ ਆ ਦੇਖੋ ਕੈਂਸਰ ਜਦੋਂ ਵੀ ਬੰਦਦਾ ਤਾਂ ਜਿਹੜੇ ਸੈਲਸ ਹੁੰਦੇ ਉਸ ਏਰੀਆ ਦੇ ਉਹਨਾਂ ਦੀ ਮਤਲਬ ਗਰੋਥ ਸਡਨ ਐਂਡ ਅਨ ਰੈਗੂਲੇਟਿਡ ਗਰੋਥ ਹੁੰਦੀ ਹੈ ਤਾਂ ਟਿਊਮਰ ਬੰਦਦਾ ਸੋ ਇਹ ਜ਼ਰੂਰੀ ਨਹੀਂ ਹੈ ਕਿ ਉੱਥੇ ਲੰਪ ਬਣੇ ਜਾਂ ਟਿਊਮਰ ਬਣੇ ਕਈ ਵਾਰੀ ਕੋਈ ਪੋਲਪ ਬਣ ਸਕਦਾ ਹੈ ਜਾਂ ਕਈ ਵਾਰੀ ਦੇਖਣ ਚ ਨਹੀਂ ਲੱਗਦਾ ਕਿ ਕੋਈ ਲੰਪ ਹੈ ਜਾਂ ਕੋਈ ਟਿਊਮਰ ਹੈ ਜਸਟ ਫੀਲ ਕਰਨ ਤੇ ਜਾਂ ਟੈਸਟ ਕਰਨ ਸਾਨੂੰ ਪਤਾ ਲੱਗਦਾ ਹੈ ਵੀ ਸਰਵਾਈਕਲ ਕ और हम जोड़ा कि सर्वाइकल कैंसर है इस दी एज की है कि किन्नी ऐज वाली लेडीज़ में है कैंसर हो सकता है या फिर जो गर्ल चाइल्ड होंगे उन्होंने भी कैंसर हो सकता है uh, नहीं ये uh, तो तो कैंसर मोस्ट कॉमन जो एज ग्रुप है थर्ट टू सिक्सटी ईयरस ऑफ एज है ठीक है मेनली जो यंग रिप्रोडक्टिव एज ग्रुप चो उस टाइम यह कैंसर ज़्यादा होंगे मोस्टली असं देखते हैं फोर्टी फोर्टी फाइव देउंड या उस तुम तो बा ਮਮ ਇਹਦਾ ਕੀ ਸਿੰਪਟਮਸ ਕੀ ਹੁੰਦੇ ਨੇ ਅਗਰ ਜਿਵੇਂ ਕਿ ਡਾਇਗਨੋਸ ਦਾ ਆਪਾਂ ਬਾਅਦ ਵਿੱਚ ਡਾਕਟਰ ਤੋਂ ਕਰਵਾਨੇ ਬਟ ਸਿੰਪਟਮਸ ਕੁਝ ਇਸ ਤਰ੍ਹਾਂ ਦੇ ਬੋਡੀ ਵਿੱਚ ਕੁਝ ਇਸ ਤਰ੍ਹਾਂ ਦੇ ਮੂਵਮੈਂਟਸ ਹੁੰਦੀਆਂ ਨੇ ਜਿਸ ਦੇ ਕਰਕੇ ਆਪਾਂ ਪਤਾ ਕਰ ਸਕਦੇ ਹਾਂ ਕਿ ਕੀ ਇਹ ਕੈਂਸਰ ਦਾ ਸਾਈਨ ਹੋ ਸਕਦਾ ਹੈ ਦੇਖੋ ਸਰਵਾਈਕਲ ਕੈਂਸਰ ਦੇ ਮੇਨ ਸਿੰਪਟਮਸ ਕੀ ਹੈ ਕਿ ਸੁਪੋਜ਼ ਤੁਹਾਨੂੰ ਜਿਵੇਂ ਰੈਗੂਲਰ ਸਾਈਕਲਸ ਆਉਂਦੇ ਆ ਰੈਗੂਲਰ ਪੀਰੀਅਡਸ ਆਉਂਦੇ ਆ ਉਸ ਰੈਗੂਲਰ ਪੀਰੀਅਡਸ ਤੋਂ ਜਿਹੜੇ ਦਿਨਾਂ ਦੀ ਬਲੀਡਿੰਗ ਹੁੰਦੀ ਹੈ ਉਸ ਤੋਂ ਇਲਾਵਾ ਤੁਹਾਨੂੰ ਮਨਥ ਦੇ ਵਿੱਚ ਕਿਤੇ ਸਪੌਟ ਲੱਗਿਆ ਕੋਈ ਇੱਕ ਦੋ ਦਿਨ ਤੁਹਾਨੂੰ ਬਲੀਡਿੰਗ ਹੋਈ ਇਰੈਗੂਲਰ ਯਾ ਤੁਹਾਨੂੰ ਕੋਈ ਡਿਸਚਾਰਜ ਹੈ ਵਿਚ ਇਜ਼ ਫਾਉਲ ਸਮੈਲਿੰਗ ਐਂਡ ਬ੍ਰਾਊਨ ਕਲਰਡ ਤਾਂ ਉਹ ਸਾਈਕਲ ਕੈਂਸਰ ਦਾ ਸਿੰਪਟਮ ਹੋ ਸਕਦਾ ਯਾ ਸਭ ਤੋਂ ਮੇਨ ਦਾ ਸਿੰਪਟਮ ਇਹ ਹੈ ਕਿ ਜਦੋਂ ਹਸਬੰਡ ਵਾਈਫ ਆਪਸ ਵਿੱਚ ਰਿਲੇਸ਼ਨ ਬਣਾਉਂਦੇ ਆ ਇੰਟਰਕੋਰਸ ਦੇ ਟਾਈਮ 스ਪੋਟਿੰਗ ਹੋਵੇ ਬਲੀਡਿੰਗ ਹੋਵੇ ਵਿਚ ਇਜ਼ ਨਾਟ ਨਾਰਮਲੀ ਨਹੀਂ ਹੁੰਦਾ ਤਾਂ ਪਰ ਸਾਈਕਲ ਕੈਂਸਰ ਜੀ ਪੇਸ਼ੈਂਟ ਨੂੰ ਹੋਏਗਾ ਤਾਂ ਇਹ ਇੱਕ ਬਹੁਤ ਪੱਕਾ ਡੈਫੀਨਿਟ ਸਿੰਪਟਮ ਹੈ ਜਿਹਦੇ ਤੋਂ ਅਸੀਂ ਸਸਪੈਕਟ ਕਰ ਸਕਦੇ ਹਾਂ ਕਿ ਪੇਸ਼ੈਂਟ ਨੂੰ ਸਾਈਕਲ ਕੈਂਸਰ ਹੋ ਸਕਦਾ ਅਬ ਅਸੀਂ ਸਰ ਸਰਵਾਈਕਲ ਕੈਂਸਰ ਦੀ ਆਪਾਂ ਗੱਲ ਕਰ ਰਹੇ ਹਾਂ ਸਰਵਾਈਕਲ ਕੈਂਸਰ ਕਿਉਰੇਬਲ ਹੈ ਪ੍ਰੀਵੈਂਸ਼ਨਸ ਕੀ ਹੈਗੀਆਂ ਨੇ ਇਹਦੀਆਂ ਦੇਖੋ ਕਿਉਰ ਇਸ ਸਵਾਈਕਲ ਕੈਂਸਰ ਇਸ ਦਾ ਓਨਲੀ ਕੈਂਸਰ ਜਿਹੜਾ ਕਿ ਪ੍ਰੀਵੈਂਟ ਕੀਤਾ ਜਾ ਸਕਦਾ ਠੀਕ ਹੈ ਇਹਦੇ ਲਈ ਵੈਕਸੀਨ ਹੈ ਇਹਦਾ ਮੋਸਟ ਕਾਮਨ ਰੀਜ਼ਨ ਹੋਣ ਦਾ ਐਚਪੀਵੀ ਇਨਫੈਕਸ਼ਨ ਹੈ ਹਿਊਮਨ ਪੈਪੀਲੋਮਾ ਵਾਇਰਸ ਦੀ ਇਨਫੈਕਸ਼ਨ ਨਾਲ ਹੀ ਸਰਵਾਈਕਲ ਕੈਂਸਰ ਹੁੰਦਾ ਹੈ ਐਂਡ ਹਿਊਮਨ ਪੈਪੀਲੋਮਾ ਵਾਇਰਸ ਜਿਹੜਾ ਹੈਗਾ ਉਹ ਸੈਕਸ਼ੂਅਲ ਇਨਟੋਕਸ ਨਾਲ ਇਨਫੈਕਸ਼ਨ ਕਰਦਾ ਸੋ ਜੇ ਜਿਹੜੀ ਵੈਕਸੀਨ ਹੈ ਉਹ ਆਪਾਂ ਨੂੰ ਹਿਊਮਨ ਪੈਪिलोਮਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਾਉਂਦੀ ਹੈ ਸੋ ਉਸ ਤਰ੍ਹਾਂ ਇਹ ਆਪਾਂ ਨੂੰ ਸਾਈਕਲ ਕੈਂਸਰ ਤੋਂ ਬਚਾਉਂਦੀ ਹੈ ਸੋ ਥਿਸ ਇਜ਼ ਦ ਓਨਲੀ ਕੈਂਸਰ ਵਿਚ ਕੈਨ ਬੀ ਪ੍ਰੀਵੈਂਟਿਡ ਬਾਏ ਅ ਵੈਕਸੀਨ ਸੋ ਇਹ ਤਾਂ ਹੁਣ ਸਾਡਾ ਜਿਹੜਾ ਵੈਕਸੀਨੇਸ਼ਨ ਸ਼ਡਿਊਲ ਹੈ ਬੱਚਿਆਂ ਦਾ ਉਹਦੇ ਵਿੱਚ ਇਨਕਲੂਡ ਹੋ ਚੁੱਕੀ ਹੈ ਵੈਕਸੀਨ 11 ਤੋਂ 13 ਸਾਲ ਦੀਆਂ ਗਰਲਸ ਨੂੰ ਇਹ ਵੈਕਸੀਨ ਰੂਟੀਨ ਚ ਲੱਗ ਰਹੀ ਹੈ ਐਂਡ ਇਹ ਇੱਕ ਬਹੁਤ ਇਹਦਾ ਮਤਲਬ ਖੂਬਸੂਰਤ ਪੱਖ ਹੈ ਕਿ ਇਹ ਵੈਕਸੀਨ ਲਵਾ ਕੇ ਆਪਾਂ ਇਸ ਕੈਂਸਰ ਤੋਂ ਬਚ ਸਕਦੇ ਆ। ਅ ਮਮ ਸਰਵਾਈਕਲ ਕੈਂਸਰ ਕਿੰਨਾ ਊਮਨਸ ਨੂੰ ਜ਼ਿਆਦਾ ਹੋ ਸਕਦਾ ਹੈ ਔਰ ਕੀ ਇਹਦੇ ਸਿਵियर ਕੰਡੀਸ਼ਨ ਵੀ ਕੋਈ ਹੋ ਸਕਦੀ ਹੈ? ਸਰਵਾਈਕਲ ਕੈਂਸਰ ਜਿਹੜੇ ਹਾਈ ਰਿਸਕ ਗਰੁੱਪਸ ਆ ਜਿੰਨਾਂ 'ਚ ਜ਼ਿਆਦਾ ਹੁੰਦਾ ਹੈ ਉਹ ਇਹ ਵੀ ਜੇ ਇੱਕ ਤਾਂ ਯੰਗ ਏਜ 'ਤੇ ਤੁਹਾਡੀ ਮੈਰਿਜ ਹੋ ਗਈ ਹੋਵੇ ਤੁਹਾਡੇ ਸੈਕਸ਼ੂਅਲ ਰਿਲੇਸ਼ਨਸ ਯੰਗ ਏਜ 'ਤੇ ਸ਼ੁਰੂ ਹੋ ਗਏ ਹੋਣ ਉਹ ਇੱਕ ਰਿਸਕ ਫੈਕਟਰ ਹੈ। ਦੂਸਰਾ ਹੈ ਕਿ ਜੇ ਤੁਹਾਡੇ ਮਲਟੀਪਲ ਸੈਕਸ਼ੂਅਲ ਪਾਰਟਨਰਸ ਆ। ਚਾਹੇ ਤੁਹਾਡੇ ਜਾਂ ਤੁਹਾਡੇ ਹਸਬੰਡ ਦੇ। ਇਵਨ ਹਸਬੰਡ ਦੇ ਜੇ ਮਲਟੀਪਲ ਸੈਕਸ਼ੂਅਲ ਪਾਰਟਨਰਸ ਹੈ ਤਾਂ ਵੀ ਉਹ ਇਨਫੈਕਸ਼ਨ ਤੁਹਾਨੂੰ ਟਰਾਂਸਮਿਟ ਕਰ ਸਕਦੇ ਆ ਠੀਕ ਹੈ ਜਾਂ ਜੇ ਕਿਸੇ ਵਿਮਨ ਨੂੰ ਪਹਿਲਾਂ ਹੀ ਐਚਆਈਵੀ ਏਡਜ਼ ਵਗੈਰਾ ਹੈ ਉਹ ਹਾਈ ਰਿਸਕ ਚਾਂਦੀ ਹੈ ਜਾਂ ਤੋਂ ਡੇ ਮਲਟੀਪਲ ਚਾਈਲਡ ਬਰਥਸ ਹੈ ਬਹੁਤ ਸਾਰੇ ਬੱਚੇ ਹੈ 6 7 ਬੱਚੇ ਹੈ ਪਹਿਲੇ ਜ਼ਮਾਨੇ ਚ ਇਹ ਜ਼ਿਆਦਾ ਕਾਮਨ ਸੀਗਾ ਉਦੋਂ ਖੈ ਡਾਇਗਨੋਸ ਵੀ ਨਹੀਂ ਹੁੰਦਾ ਸੀ ਇਨਾ ਪ੍ਰੋਪਰਲੀ ਸੋ ਇਹ ਕੁਝ ਰਿਸਕ ਫੈਕਟਰਸ ਹੈ ਇਨਾ ਕੈਟਾਗਰੀ ਆਫ ਵਿਮਨ ਜੇ ਜ਼ਿਆਦਾ ਹੁੰਦਾ ਤੇ ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਕਿ ਇਹ ਸਵਿਰ ਹਾਂ ਜੇ ਇਹ ਟਾਈਮ ਤੇ ਡਾਇਗਨੋਸ ਨਾ ਹੋਵੇ ਆਪਾਂ ਜਿਹੜੇ ਆ ਸਿੰਪਟਮਸ ਐ ਇਹਨਾਂ ਨੂੰ ਇਗਨੋਰ ਕਰਦੀਏ ਕਿ ਸਪੋਟਿੰਗ ਐ ਜਾਂ ਇੰਟਰਕੋਸਟ ਬਾਅਦ ਸਪੋਟਿੰਗ ਐ ਜਾਂ ਡਿਸਚਾਰਜ ਹੋ ਰਿਹਾ ਆਪਾਂ ਨੂੰ ਇਗਨੋਰ ਕਰਦੀਏ ਤਾਂ ਹਾਂ ਡੈਫੀਨੇਟਲੀ ਇਹ ਫੈਲ ਸਕਦਾ ਹੈ ਸਰਵਿਕਸ ਤੇ ਮਾਊਥ ਤੋਂ ਅਗਾਹ ਇਹ ਯੂਟਰਸ ਦੇ ਵਿੱਚ ਵੀ ਉੱਪਰ ਜਾ ਸਕਦਾ ਹੈ نیچے ਬਜਾਇਨਾ ਚ ਫੈਲ ਸਕਦਾ ਹੈ ਬਲੱਡ ਚ ਫੈਲ ਸਕਦਾ ਹੈ ਉਸ ਤੋਂ ਬਾਅਦ ਸਾਰੇ ਆਗਾਨ ਜਿਵੇਂ ਲਿਵਰ ਵਗੈਰਾ ਇਹ ਹਰ ਥਾਂ ਤੇ ਮੈਟਾਸਟਾਈਜ਼ ਹੋ ਸਕਦਾ ਸੋ ਇਹਦਾ ਜਿਹੜਾ ਟਾਈਮਲੀ ਡਾਇਗਨੋਸਿਸ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਕਦੇ ਵੀ ਕੋਈ ਇਹੋ ਜਿਹਾ ਸਿੰਪਟਮ ਲੱਗੇ ਕਿਸੇ ਫੀਮੇਲ ਨੂੰ ਤਾਂ ਬਹੁਤ ਜ਼ਰੂਰੀ ਹੈ ਕਿ ਉਹ ਗਾਇਨੋਕੋਲੋਜਿਸਤ ਤੋਂ ਜਾਂਚ ਕਰਾਣ ਇਹਦਾ ਇੱਕ ਬਹੁਤ ਹੀ ਸਿੰਪਲ ਟੈਸਟ ਹੈ ਜਾਂਚ ਕਰਨ ਦਾ ਜਿਹਨੂੰ ਅਸੀਂ ਪੈਪਸ ਮੀਅਰ ਕਹਿੰਦੇ ਆ ਪੈਪਸ ਮੀਅਰ ਆਈਡਲੀ 40 ইয়ার্স ਤੋਂ ਬਾਅਦ ਹਰ 5 ইয়ার্স ਬਾਅਦ ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਤਾਂ ਹਰ 5 ਸਾਲ ਬਾਅਦ ਇੱਕ ਵਾਰੀ ਕਰਾਉਣਾ ਚਾਹੀਦਾ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਫਿਰ ਉਹਨੂੰ ইয়ারਲੀ ਵੀ ਰਿਪੀਟ ਕਰਨਾ ਪੈ ਸਕਦਾ ਪੈਪਸ ਮੀਅਰ ਚ ਕੀ ਹੁੰਦਾ ਸੀ ਯੂਟਰਸ ਦੇ ਮਾਉਥ ਤੋਂ ਯਾਨੀ ਕਿ ਸਰਵਿਕਸ ਤੋਂ ਪਾਣੀ ਲੈਣੇ ਆ ਜਿਹਦੇ ਵਿੱਚ ਸੈਲਸ ਆ ਜਾਂਦੇ ਆ ਸਰਵਿਕਸ ਦੇ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਉਹਨਾਂ ਸੈਲਸ 'ਚ ਕੋਈ ਐਬਨਾਰਮੈਲਿਟੀ ਤਾਂ ਨਹੀਂ ਹੈ ਕਿਤੇ ਉਹ ਸੈਲਸ ਐਬਨਾਰਮਲੀ ਗ로우 ਕਰਕੇ ਟਿਊਮਰ ਤਾਂ ਨਹੀਂ ਬਣਾ ਰਹੇ ਸੋ ਇਹ ਫਸਟ ਸਟੈਪ ਹੈ ਉਸੇ ਟਾਈਮ ਪਤਾ ਲੱਗ ਜੇ ਤਾਂ ਸਰਵਾਈਕਲ ਕੈਂਸਰ ਦਾ ਬਹੁਤ ਅੱਛਾ ਸਕਸੈਸ ਰੇਟ ਹੈ ਉਹਦੀ ਸਰਜਰੀ ਦਾ ਸਰਜਰੀ ਕਰਕੇ ਯੂਟਰਸ ਮੂਵ ਕਰ ਦਿੱਤਾ ਜਾਵੇ ਤਾਂ ਸਰਵਾਈਕਲ ਕੈਂਸਰ ਦਾ ਬੰਦਾ ਜਿਹੜਾ ਸਟੇਜ 1 ਸਟੇਜ 2 ਹੁੰਦਾ ਉਹ ਆਰਾਮ ਨਾਲ 10-15 ਸਾਲ ਕੱਢ ਜਾਂਦਾ ਉਸ ਤੋਂ ਬਾਅਦ ਵੀ ਮਾਂ ਮੇਰੇ ਵਿੱਚ ਜਿਵੇਂ ਆਪਾਂ ਤੁਸੀਂ ਕਹਿ ਰਹੇ ਸੀ ਕਿ ਸਰਜਰੀ ਹੁੰਦੀ ਹੈ ਤਾਂ ਐਂਡ ਆਫ ਦਾ ਮਤਲਬ ਸੋਲੂਸ਼ਨ ਇਹਦਾ ਕਿ ਸਰਜਰੀ ਹੀ ਹੈ ਹਾਂ ਇਹਦਾ ਜੇ ਤੁਹਾਨੂੰ अर्ली ਸਟੇਜ ਚ ਡਾਇਗਨੋਸ ਹੁੰਦਾ ਤਾਂ ਵੀ ਹੈ ਕਿ ਆਪਾਂ ਯੂਟਰਸ ਰਿਮੂਵ ਕਰਨਾ ਜੇ ਲੇਟ ਸਟੇजेस ਹੈ ਥੋੜਾ ਜਿਹਾ ਤਾਂ ਵੀ ਯੂਟਰਸ ਰਿਮੂਵ ਕਰਨਾ ਫਿਰ ਉਹਦੇ ਬਾਅਦ ਆਪਾਂ ਕਿ ਰੇਡੀਓਥੈਰਪੀ ਵੀ ਇਹਦੀ ਹੁੰਦੀ ਹੈ ਜੇ ਸਟੇਜ ਥੋੜੀ ਜ਼ਿਆਦਾ ਹੋਵੇ ਤਾਂ ਔਰ ਮੈਮ women ਜੋ আজকাল ਕਈ ਵਾਰ ਆਪਣੇ ਹੈਲਥ ਨੂੰ ਲੈ ਕੇ ਕਾਫੀ ਮਤਲਬ ਕੌਨਸ਼ੀਅਸ ਨਹੀਂ ਹੁੰਦੀਆਂ ਹੈਗੀਆਂ ਠੀਕ ਹੈ ਔਰ ਕੁਝ ਵੀ ਅਗਰ ਬੋਡੀ ਦੇ ਵਿੱਚ ਮੂਵਮੈਂਟ ਹੁੰਦੀ ਹੈ ਤਾਂ ਇਗਨੋਰ ਕਰ ਦਿੰਦੀਆਂ ਨੇ ਤੇ ਕਈ ਵਾਰ ਇਹ ਕਾਫੀ ਵੱਡੀ ਬਿਮਾਰੀ ਦਾ ਰੂਪ ਲੈ ਲੈਂਦੀਆਂ ਨੇ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਦੇਖੋ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਲੇਡੀਜ਼ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੀਆਂ ਬਹਾਨੇ ਹੁੰਦਾ ਹੈ ਕਿ ਅਸੀਂ ਘਰ ਦੇ ਕੰਮਾਂ 'ਚ ਬਿਜ਼ੀ ਆਂ ਬੱਚਿਆਂ ਦਾ ਧਿਆਨ ਰੱਖਣ 'ਚ ਬਿਜ਼ੀ ਆਂ ਹਸਬੰਡ ਦਾ ਧਿਆਨ ਰੱਖਣ 'ਚ ਬਿਜ਼ੀ ਆਂ ਤੁਸੀਂ ਫੈਮਿਲੀ ਦਾ ਧਿਆਨ ਤਾਂ ਹੀ ਰੱਖ ਸਕਦੇ ਹੋ ਜੇ ਤੁਹਾਡੀ ਸਿਹਤ ਠੀਕ ਹੈ ਜੇ ਤੁਸੀਂ ਖੁਦ ਠੀਕ ਨਹੀਂ ਹੋ ਤੁਸੀਂ ਆਪਣੀ ਫੈਮਿਲੀ ਦਾ ਧਿਆਨ ਨਹੀਂ ਰੱਖ ਸਕਦੇ ਕੱਲ ਨੂੰ ਤੁਸੀਂ ਤੁਸੀਂ ਨਹੀਂ ਰਹੋਗੇ ਤਾਂ ਬੱਚਿਆਂ ਦਾ ਧਿਆਨ ਕੌਣ ਰੱਖੇਗਾ so it is very important ਜੇ ਤੁਹਾਨੂੰ ਆਪਦੀ ਬੋਡੀ 'ਚ ਕੋਈ ਵੀ ਉਹ ਜਿਹੇ ਸਿੰਪਟਮਸ ਲੱਗਦੇ ਆ ਜੋ ਕਿ ਨਾਰਮਲ ਨਹੀਂ ਹੈ ਜੋ ਕਿ ਤੁਹਾਡੇ ਨਾਰਮਲ ਰੂਟੀਨ ਤੋਂ ਡਿਫਰੈਂਟ ਹੈ ਕੁਝ ਹਟਕੇ ਹੈ ਤਾਂ ਪਲੀਜ਼ ਆਪਣਾ ਚੈੱਕਅਪ ਜ਼ਰੂਰ ਕਰਾਓ ਐਂਡ ਆਪਣੀਆਂ ਬੱਚੀਆਂ ਦੀ ਆਪਣੇ ਗ वैक्सीनेशन जरूर कराओ एदे अगेंस्ट एंड जो तुसी भी 40 तो ਘਾਟੋਂ ਤਾਂ तुसी ਵੀ वैक्सीन ਲਗਵਾ ਸਕਦੇ ਹੋ ਠੀਕ ਹੈ ਉਨੀ ਇਫੈਕਟਿਵ ਨਹੀਂ ਹੋਏਗੀ ਜਿੰਨੀ ਕੀ ਅ ਤੁਹਾਡੇ ਯੰਗ ਬੱਚਿਆਂ ਦੀ ਹੁੰਦੀ ਹੈ ਬਟ ਸਟਿਲ ਇਟ ਵਿਲ ਹੈਲਪ ਯੂ ਤਾਂ ਉਹ ਜ਼ਰੂਰ ਕਰਾਨੀ ਚਾਹੀਦੀ ਹੈ ਜੇ ਤੁਸੀਂ 40 ਤੋਂ ਘਾਟੋਂ ਤਾਂ ਆਪਣੀ ਵੈਕਸੀਨੇਸ਼ਨ ਜ਼ਰੂਰ ਕਰਾਓ ਸਰਵਾਈਕਲ ਕੈਂਸਰ ਦੀ ਸੱਚ ਪੂਰੇ ਵਰਲਡ ਦੇ ਵਿੱਚ ਵਰਲਡ ਕੈਂਸਰ ਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਤਾਂ ਜੋ ਲੋਕ ਕੈਂసర్ ਡਿਸੀਜ਼ ਤੋਂ ਜਾਗਰੂਕ ਹੋ ਸਕਣ ਤੇ ਇਸ ਤੋਂ ਬਚ ਸਕਣ ਤੇ ਅੱਜ ਅਸੀਂ ਰਾਣਾ ਹਸਪੀਟਲ ਦੇ ਵਿੱਚ ਗਾਇਨਕੋਲੋਜਿਸ ਡਾਕਟਰ ਵਿਜੇਦੀਪ ਕੋਰ ਜੀ ਨਾਲ ਗੱਲਬਾਤ ਕੀਤੀ ਹੈ ਇਸ ਦੇ ਬਾਰੇ ਔਰ ਉਹਨਾਂ ਨੇ ਵੀ ਲੇਡੀਜ਼ ਦੇ ਵਿੱਚ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਕੈਂਸਰਜ਼ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਵਾਈਕਲ ਕੈਂਸਰ ਜੋ ਹੁੰਦਾ ਹੈ ਉਸ ਦੇ ਬਾਰੇ ਵੀ ਕਾਫੀ ਗੱਲਾਂ ਸ਼ੇਅਰ ਕੀਤੀਆਂ ਨੇ ਸਾਡੇ ਨਾਲ ਕਿ ਉਸ ਦੇ ਲਈ ਇਸ ਦੇ ਕਿਉਰ ਦੇ ਲਈ ਪ੍ਰੀ ਵੈਕਸੀਨ ਵੀ ਹੁੰਦੀ ਹੈ ਤਾਂ ਜਿਨ੍ਹਾਂ ਨੇ ਪ੍ਰੀ ਵੈਕਸੀਨ ਬਾਰੇ ਨਹੀਂ ਸੁਣਿਆ ਹੈ ਉਹ ਜ਼ਰੂਰ ਆ ਕੇ ਆਪਣੀ ਵੈਕਸੀਨ ਲਗਵਾਉਣ ਵੈਕਸੀਨੇਟ ਹੋਣ ਤਾਂ ਜੋ ਸਰਵਾਈਕਲ ਕੈਂਸਰ ਤੋਂ ਉਹ ਬਚ ਸਕਦੇ ਨੇ ਔਰ ਇਸ ਤੋਂ ਇਲਾਵਾ ਸਿੰਪਟਮਸ ਕੀ ਹੁੰਦੇ ਨੇ ਕਿਉਰਸ ਕੀ ਹੁੰਦੀਆਂ ਪ੍ਰੀਵੈਂਸ਼ਨਸ ਕੀ ਹੁੰਦੀਆਂ ਨੇ ਕੀ ਸਥਿਤੀ ਬਣ ਜਾਂਦੀ ਹੈ ਕੈਂਸਰ ਦੀ ਉਸ ਦੇ ਬਾਰੇ ਵੀ ਤੁਹਾਨੂੰ ਅਸੀਂ ਜਾਣਕਾਰੀ ਅੱਜ ਦਿੱਤੀ ਹੈ ਔਰ ਅੱਜ ਦੇ ਦਿਨ ਪੂਰੇ ਵਰਲਡ ਦੇ ਵਿੱਚ ਜਿਹੜਾ ਕਿ ਕੈਂਸਰ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਤਾਂ ਜੋ ਲੋਕ ਇਸ ਦੇ ਬਾਰੇ ਜਾਗਰੂਕ ਹੋ ਸਕਣ ਰਤੇ ਕੈਂਸਰ ਡਿਸੀਜ਼ ਤੋਂ ਬਚ ਸਕਣ ਕੈਮਰਮੈਨ ਰਾਹੁਲ ਕਸ਼ਬ ਦੇ ਨਾਲ ਪਰਮਜੀਤ ਗੌਰ ਤੁਸੀਂ ਦੇਖਦੇ ਰਹੋ ਲੁਧਿਆਣਾ ਲਾਈਵ